Oh,
रंग मान ले प्यारियों जा जो मन माफ ले।
ਔਗਣ ਚੱਲੀ ਬਾ
ਅਸਾਂ ਕੀ ਉਥੇ ਜਾਣਾ, ਅਸਾਂ ਕੀ ਉਥੇ ਜਾਣਾ, ਅਸਾਂ ਕੀ ਉਹਦੇ ਜਾਣਾ, ਅਸਾਂ ਕੀ ਉਹਦੇ
कहत कबीर
ਲੈ ਪਾਉਂਦੇ ਜਿਉਂ ਦਰਬਾਰ
ਸਤਿ ਸ਼੍ਰੀ ਅਕਾਲ।
ਕਾਲ ਨਾਨਕ ਦੇ ਮੁਖਿ ਉਜਲੇ ਕੇਤੀ ਛੁਟੀ ਨਾ ਜਿਨੇ ਨਾਮ ਧਿਆਇਆ ਗਏ ਸ਼ਬਦ ਖਾਲ ਨਾਨਕ ਦੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਮਿੱਜੀ ਸਹਾਇ ਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਵਿਦਾਤਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਜੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਹੀ ਦੇ ਗਵਾਹੀ ਦੇਖ ਕੇ ਦ੍ਰਿੜ ਕੀਤਾ ਇਹਨਾਂ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਬੁੱਕਰੀਆਂ ਲਹਾਈਆਂ ਚਰਖੜੀਆਂ ਦੇ ਜੜੇ ਆਲਿਆਂ ਨਾਲ ਜਿਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਜੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤਾਵਣ ਕਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ ਦੇ ਤੀਨ ਫਤਿਹ ਬਿਰਦ ਕੀ ਪੈਰ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵੀਕ ਦਾਨ ਸਹਦਾਨ ਪੁਰਸਾ ਦਾਨ ਨਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਮੁਰਤਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਇਹ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੀ ਮਾਨ ਨਿਤਾਣਿਆਂ ਦੀ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਮੱਤਾ ਸਹਿਤ ਦੁਇ ਕਰ ਜੋੜੇ ਅਰਦਾਸ ਜਿਹਾ ਜਿਰੜਕਿਆ ਤਿਹਾ ਹੁਕਮ ਕਮਾਹਿ ਕੱਲੇ ਆਵੈ ਨਾਨਕਾ ਸਦੇ ਉੱਠੀ ਜਾਹੇ ਨਾਮਾ ਕਨਸਾਰ ਵਾਦਰ ਕਰ ਦਿੱਤੀ ਦਵਾਨ ਸਰਦਾਰ ਮਹਿੰਦਰ ਸਿੰਘ ਜੀ ਰੰਧਾਵਾ ਜੋ ਕਿ ਆਪ ਦੀ ਸਵਾਸਾ ਰੂਪੀ ਪੂੰਜੀ ਨੂੰ ਭੁਗਦਿਆਂ ਹੋਇਆ ਆਪ ਜੀ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਪਰਿਵਾਰ ਪਾਸੋਂ ਜਿਨ੍ਹਾਂ ਦੇ ਨਿਤ ਆਤਮਕ ਸ਼ਾਂਤੀ ਦੇ ਲਈ ਆਪ ਜੀ ਦੇ ਪਾਵਨ ਪਵਿੱਤਰ ਚਰਨ ਪਰਸੇ ਗਏ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਬਾਣੀ ਹਾਜਸ ਕੀਰਤਨ ਹੋਏ ਬਾਣੀ ਪੜ੍ਹਦਿਆਂ ਸੁਣਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਆਗਾਨ ਤੋਂ ਸੁਨਤ ਬਖਸ਼ਣੀ, ਪੜੀ ਸੁਣੀ ਬਾਣੀ ਦਾ ਭਾਵ ਵਿਛੜੀ ਰੂ ਆਤਮਾ ਦੇ ਹਿਰਦੇ ਅੰਦਰ ਵਸਾਉਣਾ, ਸੱਚਖੰਡ ਪ੍ਰਵਾਨ ਕਰਨਾ, ਵਿਛੜੀ ਰੂ ਆਤਮਾ ਨੂੰ ਸਦੀਵ ਕਾਲੀ ਚਰਨਾ, ਕਮਲਾਂ 'ਚ ਨਿਵਾਸ ਬਖਸ਼ਣਾ, ਆਵਾਗਮਨ ਦੇ ਚੱਕਰਾਂ ਤੋਂ ਮੁਕਤ ਕਰਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਦਤਮ ਬਖਸ਼ਿਸ਼ ਕਰਨਾ, ਆਪਦੇ ਹਜ਼ੂਰ ਇਸੇ ਸੰਬੰਧ ਅੰਦਰ ਆਪ ਜੀ ਨੂੰ ਸੁੰਦਰ ਮਾਲੇ ਭੇਟਾ ਕੀਤੇ ਗਏ, ਆਪ ਜੀ ਨੀ ਗਾਲ ਕਰਨੇ, ਸੇਵਕ ਪਰਿਵਾਰ ਦੇ ਲੋਕ ਵੱਲੋਂ ਕਰਦੇ ਗਏ ਨੇ, ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਲੰਗਰ ਹਾਜ਼ਰ ਦਰ ਪਰਿਵਾਨ ਹੋਵੇ, ਪਰਵਾਨ ਹੋਇਆ ਪ੍ਰਸ਼ਾਦ ਤੇ ਲੰਗਰ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਡਰ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਬੇਟਾ ਵਾਂਗ ਦਰ ਪ੍ਰਵਾਨ ਕਰਨੀਆਂ, ਚੱਲੇ ਹੋਏ ਕਦਮ ਅਲੇਖੀ ਚਲਾਉਣੇ, ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ਿਸ਼ ਕਰੋ, ਸੁਖ ਹੋਵੇ ਨਾਮ ਜਿਤੇ ਆਵੇ, ਨਾਮ ਕਨਾਮ ਜਪਜੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੁਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਗਾਹ ਆਏ ਕੰਮ ਧੰਨ ਵਾਹਿਗੁਰੂ ਸਾਹਿਬ ਜੀ। ਸਲੋਕਾਂ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਦਿਆਲ ਪੁਰਖ ਭਗਵਨ ਨਾਨਕ ਨਿਤ ਨਾਮ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾਮ ਪਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਵਿਆਪ ਜਿਨੇ ਉਪਾਈ ਬੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਏ ਦਿਆਲ ਨਾਮ ਪੈ ਮਾਇਆ ਜਨ ਘੋਰੀ ਨਾਇਆ ਮਨ ਤਨ ਭਈ ਸੰਤੋਖ ਹੋਰਨ ਪ੍ਰਭ ਪਾਇਆ ਤਰੀ ਕੁਟੰਬ ਸੰਗ ਲੋਕ ਕੁਲ ਸਵਾਇਆ ਮਨ ਤਨ ਭਈ ਸੰਤੋਖ ਹੋਰਨ ਪ੍ਰਭ ਪਾਇਆ ਕੁਟੰਬ ਸੰਗ ਲੋਕ ਕੁਲ ਸਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੀਰ ਕਰੇ, ਕੀਰ ਕਰਨ ਦੇ ਹੰਜ ਨੂੰ ਜਿੰਤੇ ਬਾਜ ਪਏ, ਬਾਜ ਪਏ ਜਿਸ ਰੱਬ ਦੀ ਗੀਲਾਂ ਵਿਸਰੀਆਂ, ਜੋ ਮਨ ਦੇ ਤਨਾ ਚੇਤੇ ਸਨ ਸੋ ਗਾਲੀ ਰੱਬ ਦੀਆਂ ਮਹਾਂਤਮ ਅਨੁਸਾਰ
ਸਰਦਾਰ ਮਹਿੰਦਰ ਸਿੰਘ ਜੀ ਰੰਧਾਵਾ, ਜੋ ਕਿ ਆਪਾਂ ਸਾਰਿਆਂ ਨੂੰ ਸਦੀਵ ਛੋੜਾ ਦੇ ਕਰਕੇ ਮਾਲਕ ਦੇ ਚਰਨਾਂ ਵਿੱਚ ਜਾਗ ਰੱਖਦੇ ਹਨ। ਇਹਨਾਂ ਦੇ ਨਿਮਿਤ ਆਪਾਂ ਸਾਰਿਆਂ ਨੇ ਫਿਰ ਬੈਠ ਕੇ ਸਤਿਗੁਰਾਂ ਦਾਸ ਅਰਦਾਸ ਬੇਨਤੀ ਉਹਨਾਂ ਦੀ ਕੀਤੀ ਹੈ। ਸਤਿਗੁਰ ਜੋ ਪ੍ਰਾਣੀ ਸੰਸਾਰ ਤੋਂ ਚਲੇ ਗਏ ਹਨ, ਸੰਸਾਰਕ ਵਿਚਰਦਿਆਂ ਹੋਈਆਂ ਜਾਣੇ ਜਾਣੇ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਹੋਈਆਂ ਹੋਣਗੀਆਂ, ਉਹਨਾਂ ਗੱਲਾਂ ਨੂੰ ਨਾ ਚਿਤਾਰਦੇ ਹੋਇਆਂ ਵਿਛੜੀ ਰੁਆਤਮਾ ਨੂੰ ਸਜੀਵ ਕਰ ਲਈ ਚਰਨਾ ਕਮਲਾਂ ਦੀ ਨਿਵਾਸ ਬਖਸ਼ਿਸ਼ ਕਰਨਾ, ਆਵਾਗਮਨ ਦੇ ਚੱਕਰਾਂ ਤੋਂ ਮੁਕਤ ਕਰਵਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਉੱਥੇ ਹੀ ਪਰਿਵਾਰ ਵੱਲੋਂ ਆਪ ਆਈ ਦੀ ਸਰਬਸੰਗਤ ਦਾ ਤਹਿ ਦਿਲ ਧੰਨਵਾਦ ਹੈ। ਆਪ ਸਰਬਸੰਗਤਾਂ ਨੇ ਆਪਣਾ ਕੀਮਤੀ ਸਮਾਂ ਕੱਢਦਿਆਂ ਹੋਇਆਂ ਸੇਵਕ ਪਰਿਵਾਰ ਦੀਆਂ ਦੁੱਖ ਦੀਆਂ ਘੜੀਆਂ ਵਿੱਚ ਸ਼ਾਮਿਲ ਹੋ ਕਰਕੇ ਹਮਦਰਦੀ ਜਾਹਰ ਕੀਤੀ ਹੈ। ਪਰਿਵਾਰ ਵੱਲੋਂ ਆਪ ਆਈ ਨੂੰ ਸਰਬਸੰਗਤ ਦਾ ਤਹਿ ਦਿਲ ਧੰਨਵਾਦ ਅਤੇ ਨਾਲ ਹੀ ਬੇਨਤੀ ਹੈ ਕਿ ਹੁਣ ਕੜਾਹ ਪ੍ਰਸ਼ਾਦੀ ਦੀ ਵਰਤਾਈ ਜਾ ਰਹੀ ਹੈ। ਇਸ ਤੋਂ ਉਪਰੰਤ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ। ਸਾਰੀਆਂ ਸੰਗਤਾਂ ਨੇ ਕੜਾਹ ਪ੍ਰਸ਼ਾਦੀ ਦੀ ਲੈਣ ਉਪਰੰਤ ਪਿੱਛੇ ਬੇਸਮੈਂਟ ਵਿਖੇ ਨਗਰ ਹਾਲ ਪਹੁੰਚ ਕਰਕੇ ਲੰਗਰ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਹੈ ਜੀ। ਦੁਬਾਰਾ ਫਿਰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦੀ ਦੀ ਵਰਤਾਈ ਜਾ ਰਹੀ ਹੈ। ਇਸ ਤੋਂ ਉਪਰੰਤ ਪਰਿਵਾਰ ਵੱਲੋਂ ਮੁੜ ਕੇ ਲੰਗਰ ਤਿਆਰ ਕੀਤੇ ਗਏ। ਸਾਰੀਆਂ ਸੰਗਤਾਂ ਨੇ ਕੜਾਹ ਪ੍ਰਸ਼ਾਦੀ ਦੀ ਲੈਣ ਉਪਰੰਤ ਪਿੱਛੇ ਬੇਸਮੈਂਟ ਵਿਖੇ ਲੰਗਰ ਹਾਲ ਪਹੁੰਚ ਕਰਕੇ ਲੰਗਰ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਹੈ ਅਤੇ ਨਾਲ ਹੀ ਬੇਨਤੀ ਹੈ ਕਿ ਜਿੰਨੀ ਦੇਰ ਤੱਕ ਆਪਾਂ ਗੁਰਦੁਆਰਾ ਸਾਹਿਬ ਦੀ ਹਾਲਤ ਵਿੱਚ ਰਹਿਣਾ, ਮੇਰੇ ਵੀਰ ਭੈਣਾਂ ਆਪਣੇ ਸਿਰ ਢੱਕ ਕੇ ਰੱਖਣ, ਕੋਈ ਵੀ ਸਿਰ ਨੰਗਾ ਨਾ ਕਰੇ, ਭਾਵੇਂ ਲੰਗਰ ਛਕਦੇ ਹਾਂ ਅਤੇ ਭਾਵੇਂ ਗੁਰਦੁਆਰਾ ਸਾਹਿਬ ਦੀ ਕਿਸੇ ਵੀ ਤਰੀਕੇ ਦੀ ਹੱਦ ਵਿੱਚ ਹੈ। ਗੁਰਦੁਆਰਾ ਸਾਹਿਬ ਤੋਂ ਬਾਅਦ ਜੋ ਆਪ ਜੀ ਦਾ ਮਨ ਭਾਉਂਦਾ ਉਸ ਮੁਤਾਬਕ ਕਰਨਾ। ਗੁਰਦੁਆਰਾ ਸਾਹਿਬ ਦੀ ਹਾਲਤ ਵਿੱਚ ਆਪ ਸਾਰਿਆਂ ਦੇ ਸਿਰ ਢੱਕ ਕੇ ਰੱਖਣ ਦੀ ਕਿਰਪਾਲਤਾ ਕਰਨੀ ਹੈ ਅਤੇ ਨਾਲ ਹੀ ਬੇਨਤੀ ਹੈ ਕਿ ਲੰਗਰ ਸਟੈਂਡਿੰਗ ਹੈ, ਜਿਹਨਾਂ ਸੰਗਤਾਂ ਨੇ ਆਪਣੇ ਜੋੜੇ ਪਾਣੀ ਦੀ ਦੁਆ ਕਰਕੇ ਪਿੱਛੇ ਫਿਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਵਾਹਿਗੁਰੂ ਸਤਨਾਮ, ਸਤਨਾਮ ਸਤ 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 ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਕਿਸੇ ਦੀਆਂ ਵੀ ਹੋਣ ਆ ਕਰਕੇ ਦਸ ਪਰਸੋਂ ਐਨਕਾਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।